मशहूर पंजाबी गायक रमी रंधावा अते प्रिंस रंधावा दीआं मुश्किलां उस वेले वधदीआं दिखीआं जदों एसपी बटाला ने एक शिकायत दे मामले विच दोनां भरावां नूं अपने दफ्तर बुलाया। दरअसल बटाला दे एक परिवार दा इल्जाम है कि इन्हां गायक भरावां दी जोड़ी वल्लों एक लड़की नूं जबरी अपने नाल रख्या होया है, जिस दी पुछगिछ लई पुलिस ने इन्हां भरावां नूं अपने दफ्तर बुलाया सी। उधर दोनों धिरां दे बयान सुनन तो बाद डीएसपी बटाला ने दसिया कि लड़की बालग है अते ओ अपनी मर्जी नाल प्रिंस रंधावा नाल रह रही है अते ओ बालग होण दे चलदे अपनी मर्जी नाल किसे नाल भी रह सकती है, पर परिवारक मैंबर पुलिस थाने दे बाहर इन्हां गायक भरावां खिलाफ प्रदर्शन करदे साफ देखे गए। परिवार दा इल्जाम सी कि उन्हां दी बेटी नूं बरगला के जबरी इन्हां गायक भरावां वल्लों रख्या गया है। तुसी भी वेखो की है पूरा मामला। ਸਾਨੂੰ ਮਿਲਦੀ ਹੈ ਨਹੀਂ, ਗੱਲਬਾਤ ਨਹੀਂ ਕਰੀ, ਲੜਕੀ ਨੂੰ ਸਾਨੂੰ ਬੱਚੇ ਦੇ ਰਹੇ ਜਾਂ ਨਹੀਂ ਸਾਡੇ ਘਰਾਉਣਾ ਦੇ। ਉਹ ਅੱਗੋਂ ਲੜਕੀ ਕਹਿੰਦੀ ਕਿ ਮੈਂ ਆਪਣੀ ਮਰਜ਼ੀ ਨਾਲ ਰਹਿਣਾ ਗਈ ਹਾਂ ਜਿੱਥੇ ਗਈ ਹਾਂ, ਮੇਰਾ ਆਪਣੇ ਪੜ੍ਹੀ ਲਿਖੀ ਹਾਂ, ਠੀਕ ਹੈ ਜੀ, ਅਤੇ ਮੈਂ ਆਪਣੀ ਮਰਜ਼ੀ ਨਾਲ ਹੀ ਜਾਣਾ ਵਾਂ, ਤੁਸੀਂ ਜੋ ਮਰਜ਼ੀ ਕਰ ਲਓ, ਠੀਕ ਹੈ ਜੀ। ਉਹ ਸੁਣਵਾਈ ਕੀਤੀ ਆ, ਲੜਕੀ ਕਹਿੰਦੀ ਮੈਂ ਬੱਚੇ ਨੇ ਦੇਣੇ ਆਪਣੇ, ਆਹ ਗੱਲ ਲੜਕੀ ਆਪਣੇ ਰਹਿ ਰਹੀ, ਆਪਣੀ ਮਰਜ਼ੀ ਰਹਿ ਰਹੀ, ਆਪਣੇ ਇੱਕ ਲੋਕ ਹੈ ਅਭੀ ਉਹਦੇ ਨਾਲ, ਲੋਕ ਹੈ ਅਭੀ ਉਹਦੇ ਨਾਲ। ਅੱਛਾ, ਬਿਲਕੁਲ ਲਗਾਤਾਰ ਅਧਿਕਾਰ ਹੈਗਾ ਵਾ ਵੈਸੇ ਇਸ ਤਰੀਕੇ ਦਾ, ਹਾਂਜੀ ਕਾਨੂੰਨ ਹੈਗਾ ਇਸ ਤਰੀਕੇ ਦਾ ਜੇ ਰਹਿ ਸਕਦੀ ਨੇ ਬਿਨਾਂ। ਉਹ ਲੜਕੀ ਦੀ ਮਰਜ਼ੀ ਹੈ ਜੀ, ਲੜਕੀ ਬਲ ਗਿਆ, ਅਸੀਂ ਕੌਣ ਰੋਕਣ ਵਾਲੇ ਜੀ, ਹੁਣ ਕੀ ਕਾਰਵਾਈ ਕੀਤੀ ਜਾਏਗੀ? ਬਸ ਕੁਛ ਨਹੀਂ, ਅਸੀਂ ਜੋ ਲੜਕੀ ਜੋ ਆਪਣੀ ਜਿਸੇ ਮਰਜ਼ੀ ਜਾਵੇ ਜੀ, ਅਲਾਊਡ ਪਰਿਵਾਰ ਵੱਲੋਂ ਹੰਗਾਮਾ ਵੀ ਕੀਤਾ ਗਿਆ, ਪਰਿਵਾਰ 'ਚ ਨਾ ਵੀ ਸਾਨੂੰ ਬੱਚੇ ਦਿੱਤੇ ਜਾਣੇ, ਬੱਚੇ ਦੀ ਮਾਂ ਨਾਲ ਰਹਿਣੇ ਜੀ। ਨਹੀਂ, ਜਿਹੜਾ ਹੰਗਾਮਾ ਕੀਤਾ ਗਿਆ ਉਹਦੀ ਕਾਰਵਾਈ ਕੀਤੀ ਜਾਏਗੀ? ਬਿਲਕੁਲ ਜੀ, ਲਾਉਣ ਜੇ ਤਾਂ ਨਾ ਲਾਉਣਗੇ ਰੋਡ ਬਲਾਕ ਕਹਿੰਦੇ ਪੱਚ ਦੇਵਾਂਗੇ ਤੁਹਾਨੂੰ।